कोरोना वायरस ਕਰਕੇ ਪੁਲਿਸ ਦੀ ਸਖਤ ਡਿਊਟੀ ਹੈ ਤੇ ਦਿਨ ਰਾਤ ਪੁਲਿਸ ਕਰਮਚਾਰੀ ਜਿਹੜੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਚੌਂਕਾਂ ਦੇ ਵਿੱਚ ਗਲੀ ਮੁਹੱਲਿਆਂ ਦੇ ਬਾਹਰ ਜਿਹੜੇ ਆ ਨਾਕਾਬੰਦੀ ਕੀਤੀ ਹੋਈ ਹੈ ਤੇ ਲੋਕਾਂ ਦੀ ਸੁਰੱਖਿਆ ਕਰਕੇ ਲੋਕਾਂ ਨੂੰ ਘਰਾਂ 'ਚ ਤਾਲਾ ਜਾ ਰਿਹਾ ਪਰ ਹੁਣ ਲੋਕ ਜਿਹੜੇ ਆ ਸਮਝਣ ਲੱਗ ਗਿਆ ਕਿ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਲੋਕਾਂ ਦੀ ਸਿਹਤ ਵਾਸਤੇ ਹੀ ਕੀਤੀ ਗਈ ਹੈ ਇਸ ਕਰਕੇ ਲੋਕ ਪੁਲਿਸ ਦਾ ਸਵਾਗਤ ਕਰ ਰਿਹਾ ਤਸਵੀਰ ਮਾ ਤੁਹਾਨੂੰ ਦਿਖਾਦਾ ਮੈਂ ਇਸ ਵਕਤ ਅਰਜੁਨਗਰ ਇਲਾਕੇ 'ਚ ਮੌਜੂਦ ਹੈ ਜਿੱਥੇ ਨਾਕਾ ਜਿਹੜਾ ਇੱਥੇ ਪੁਲਿਸ ਦਾ ਲੱਗਿਆ ਹੋਇਆ ਹੈ ਜਿਹੜੇ ਏਐਸਆਈ ਮੋਨਦੀਪ ਬੰਗੀ ਤੇ ਨਾਲ ਉਹਨਾਂ ਜਿਹੜੇ ਪੁਲਿਸ ਪਾਰਟੀ ਹੈਗੀ ਆ ਉਹਨਾਂ ਨੂੰ ਖਾਸ ਤੌਰ ਤੇ ਮਹੱਲੇ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਪੁਲਿਸ ਪਾਰਟੀ ਦਾ ਸਮਾਨ ਜਿਹੜਾ ਬਠਿੰਡਾ ਦੇ ਅਰਜੁਨ ਨਗਰ ਦੇ ਵਾਸੀ ਜਿਹੜੇ ਲੋਕ ਹੈਗੇ ਆ ਉਹ ਕਰ ਰਿਹਾ ਕਿਉਂਕਿ ਪੁਲਿਸ ਦੀ ਡਿਊਟੀ ਲੱਗੀ ਹੋਈ ਹੈ ਪੁਲਿਸ ਦੀ ਸਖਤ ਡਿਊਟੀ ਹੈਗੀ ਹੈ ਦਿਨ ਰਾਤ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਵਾਸਤੇ ਲੱਗੀ ਹੋਈ ਹੈ ਇਸ ਕਰਕੇ ਲੋਕ ਤੁਸੀਂ ਦੇਖ ਰਹੇ ਹੋ ਇੱਕ ਤਸਵੀਰ ਤੁਹਾਨੂੰ ਦਿਖਾਦਾ ਕੋਠੇ ਤੇ ਜਿਹੜੀਆਂ ਬੀਬੀਆਂ ਖੜੀਆਂ ਇਹ ਫੁੱਲ ਪਾ ਕੇ ਸਵਾਗਤ ਕਰ ਰਹੀਆਂ ਪੁਲਿਸ ਦਾ ਪੰਜਾਬ ਦੀ ਬਠਿੰਡਾ ਦੀ ਪੁਲਿਸ ਦਾ ਕੀ ਇਹ ਲੋਕਾਂ ਦੀ ਜਿਹੜੀ ਸੁਰੱਖਿਆ ਵਾਸਤੇ ਨਾਕਾਬੰਦੀ ਕੀਤੀ ਹੈ ਕਰਫਿਊ ਲੱਗਿਆ ਹੋਇਆ ਤਾਂ ਇਸ ਕਰਕੇ ਹੀ ਇਹ ਅੱਜ ਪੁਲਿਸ ਦਾ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਮਾਨ ਵਧਾਇਆ ਜਾ ਰਿਹਾ ਪੁਲਿਸ ਕਰਮਚਾਰੀਆਂ ਦਾ ਪੁਲਿਸ ਜਿਹੜੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਉਹ ਸਾਰੇ ਮੁਲਾਜ਼ਮ ਜਿਹੜੇ ਸਵੇਰੇ ਡਿਊਟੀ ਤੋਂ ਆਉਂਦੇ ਆ ਤਾਂ ਜਦੋਂ ਸ਼ਾਮ ਤੱਕ ਨਾਕੇ ਤੇ ਬੈਠੇ ਰਹਿੰਦਾ ਤਾਂ ਪੁਲਿਸ ਦੀ ਹੌਸਲਾਫਜ਼ਾਈ ਹੋ ਰਹੀ ਹੈ ਅਰਜੁਨਗਰ ਇਲਾਕੇ ਚ ਅਸੀਂ ਮੌਜੂਦ ਆ ਤੁਸੀਂ ਦੇਖ ਰਹੇ ਹੋ ਇੱਕ ਵੱਡਾ ਉਪਰਾਲਾ ਸ਼ਹਿਰ ਦੇ ਵਸਨੀਕਾਂ ਵੱਲੋਂ ਕੀਤਾ ਜਾ ਰਿਹਾ ਹੈ ਪੁਲਿਸ ਜਿਹੜੇ ਕਰਮਚਾਰੀ ਜਿਹੜੇ ਡਿਊਟੀ ਦੇ ਰਹੇ ਆ ਮੁਲਾਜ਼ਮ ਚਾਹੇ ਮਹਿਲਾ ਕਾਂਸਟੇਬਲ ਹੈਗੀ ਚਾਹੇ ਪੁਰਸ਼ ਹੈਗੇ ਸਾਰਿਆਂ ਦਾ ਇੱਥੇ ਸਨਮਾਨ ਕੀਤਾ ਜਾ ਰਿਹਾ ਹਾਰ ਪਾ ਕੇ ਤੇ ਵੱਡਾ ਉਪਰਾਲਾ ਮਹੱਲਾ ਵਾਸੀਆਂ ਦਾ ਹੈਗਾ ਕਿ ਪੁਲਿਸ ਦੀ ਹੌਸਲਾ افزਾਈ ਬਹੁਤ ਜ਼ਰੂਰੀ ਹੈ ਮਹੱਲੇ ਦੇ ਵਿੱਚੋਂ ਗਲੀਆਂ ਵਿੱਚੋਂ ਲੋਕ ਜਿਹੜੇ ਆ ਹੁਣ ਪੁਲਿਸ ਦੀ ਜਿਹੜੀ ਕਾਰਵਾਈ ਹੈਗੀ ਉਹ ਸਮਝ ਚੁੱਕੇ ਨੇ ਕਿ ਇਹੇ ਕਾਰਵਾਈ ਲੋਕਾਂ ਦੇ ਹੱਕ ਚੀ ਹੈ ਇਸ ਕਰਕੇ ਇੱਕ ਵੱਡੀ ਪਹਿਲ ਕੀਤੀ ਇੱਥੇ ਇਲਾਕੇ ਦੇ ਲੋਕਾਂ ਨੇ ਤੁਸੀਂ ਤਸਵੀਰ ਦੇਖ ਰਹੇ ਹੋ ਕੀ ਪੰਜਾਬ ਪੁਲਿਸ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਵਿੱਚ ਦਿਨ ਰਾਤ ਜਿਹੜੇ ਨਾਕੇ ਲੱਗੇ ਹੋਏ ਤਾਂ ਪੁਲਿਸ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਤਾਂ ਲੋਕ ਹੁਣ ਕਿਤੇ ਨਾ ਕਿਤੇ ਸਮਝਣ ਲੱਗ ਗਏ ਕਿ ਇਹ ਜਿਹੜਾ ਮਾਨ ਸਨਮਾਨ ਜਿਹੜਾ ਹੈਗਾ ਪੁਲਿਸ ਨੂੰ ਮਿਲਣਾ ਜ਼ਰੂਰੀ ਹੈ ਇਸ ਕਰਕੇ ਘਰਾਂ ਚੋਂ ਲੋਕ ਬਾਹਰ ਆਏ ਹੈ ਘਰਾਂ ਚੋਂ ਬਾਹਰ ਆ ਕੇ ਫੁੱਲ ਜੜੀਆਂ মালা ਹੈਗੀਆਂ ਉਹ ਪੁਲਿਸ ਨੂੰ ਪਾਈਆਂ ਗਈਆਂ ਕਿ ਹੌਸਲਾ ਵਜਾਈ ਕੀਤੀ ਹੈ ਸਾਡੇ ਨਾਲ ਐਡਵੋਕੇਟ ਅਭੇ ਸਿੰਘ ਜੀ ਆ ਉਹਨਾਂ ਕਰ ਕਰਦੇ ਆ ਭੇ ਜੀ ਕਿਦਾਂ ਤੁਹਾਡੇ ਮਨ ਵਿਚਾਰ ਹੈ ਕਿ ਪੁਲਿਸ ਨੂੰ ਇਹ ਕਰਨਾ ਹੋਸਲਾ ਵਜਾਈ ਕਰਨੀ ਹੈ ਕੁਈ ਜਦੋਂ ਸਰਦਾਰ ਮੋਹਨ ਸਿੰਘ ਜੀ ਸਾਡੇ ਕੋਲ ਡਿਊਟੀ ਤੇ ਆਏ ਨੇ ਤਾਂ ਦੇ ਨਾਲ ਨਿਗਾਰਾ ਰਹੇ ਆਪਦੀ ਡਿਊਟੀ ਨਿਭਾਰੇ ਨੇ ਜੀ ਇਹ ਸਭ ਤੋਂ ਵਧੀਆ ਗੱਲ ਤੇ ਇਹ ਆ ਵੀ ਇਹਨਾਂ ਨੇ ਸਾਨੂੰ ਬਿਮਾਰੀ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਨੂੰ ਰੋਕਣ ਲਈ ਬਹੁਤ ਵੱਡਾ ਸਹਾਇਕ ਹੋਏ ਨੇ ਸਾਡੇ ਅਰਜੁਨਗਰ ਦੇ ਲਈ ਜੀ ਇਸ ਤਰ੍ਹਾਂ ਦੀ ਡਿਊਟੀ ਦੇਖ ਦੋ ਇਹਨਾਂ ਦੀ ਰੋਜ਼ ਦੀ ਹੁੰਦੀ ਸਰ ਐਂਡੀ ਸਟਿਕਟਲੀ ਨੇ ਸਵੇਰੇ 8 ਵਜੇ ਲੱਗ ਜਾਂਦੇ ਨੇ ਤੇ ਸ਼ਾਮ ਨੂੰ 7 ਵਜੇ ਤੱਕ ਇਹਨਾਂ ਦੀ ਡਿਊਟੀ ਮੌਜੂਦ ਹੈ ਜਿਹੜਾ ਵੀ ਆਂਦਾ ਜਾਂਦਾ ਉਹਨੂੰ ਸਮਝਾਉਂਦੇ ਨੇ ਕਿਸੇ ਤੋਂ ਕੋਈ ਜੋਹਰ ਜ਼ਬਰਦਸਤੀ ਨਹੀਂ ਕਰਦੇ ਸਿਰਫ ਸਮਝਾਉਂਦੇ ਨੇ ਵੀ ਜਿਹੜਾ ਤੁਸੀਂ ਘਰ ਦੇ ਅੰਦਰ ਉਹ ਉੱਤੇ ਬਾਹਰ ਨਾ ਗੋ ਮ ਇਹ ਮਹਾਮਾਰੀ ਹੈ ਮਹਾਮਾਰੀ ਨੂੰ ਰੋਕਿਆ ਜਾਵੇ ਜੀ ਜਿਹੜੀ ਪੁਲਿਸ ਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੇ ਸ਼ਹਿਰ ਦੇ ਵਿੱਚ ਸੀਲ ਕੀਤਾ ਕਰਫਿਊ ਲਾਗਿਆ ਜਿਹੜੀ ਡੀਲਿੰਗ ਹੈਗੀ ਪੁਲਿਸ ਦੀ ਉਸ ਤੋਂ ਤੁਸੀਂ ਇਲਾਕੇ ਦੇ ਲੋਕ ਸੰਤੁਸ਼ਟ ਹੋ ਬੜੇ ਸੰਤੁਸ਼ਟ ਆ ਸਰ ਅਸੀਂ ਇਹਨਾਂ ਦੀ ਉਸ ਤੋਂ ਸਰ ਕਿਉਂਕਿ ਇਹ ਸਾਡੇ ਵਾਸਤੇ ਹੀ ਕਰ ਰਹੇ ਜਿਹੜਾ ਲਾਕਡਾਊਨ ਕੀਤਾ ਤੇ ਜਿਹੜਾ ਇਹਨਾਂ ਨੇ ਸ਼ਕਤੀ ਕੀਤੀ ਹੈ ਉਹ ਸਾਨੂੰ ਮਹਾਮਾਰੀ ਤੋਂ ਬਚਾਉਣ ਵਾਸਤੇ ਕੀਤੀ ਹੈ ਸੋ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਪੰਜਾਬ ਪੁਲਿਸ ਦਾ ਬ੍ਰਿੰਡਾ ਜਿਹੜੀ ਸਾਡੇ ਐਸਐਸਪੀ ਸਾਉ ਸਾਡੇ ਮੋਹਨ ਸਿੰਘ ਜੀ ਮੋਹਨ ਸਿੰਘ ਜੀ ਥੈਂਕ ਯੂ ਸਰ ਇਹਨਾਂ ਕੋਲ ਥੋੜਾ ਤਸਵੀਰ ਦਿਖਾ ਦिए ਇੱਕ ਮੋਮੈਂਟੋਸ ਦਿੱਤੇ ਜਾ ਰਿਹਾ ਹੈ ਇਹ ਤਸਵੀਰ ਵੀ ਖਾਸ ਹੈਗੀ ਹੈ ਕਿਉਂਕਿ ਮਾਨਮ ਸੇਵਾ ਵੈਲਫੇਅਰ ਸੁਸਾਇਟੀ ਇਹਨਾਂ ਦੀ ਮਹੱਲੇ ਦੇ ਵਿੱਚ ਬਣੀ ਹੋਈ ਹੈ ਜਿਨ੍ਹਾਂ ਵੱਲੋਂ ਮੋਮੈਂਟੋਸ ਦਿੱਤੇ ਜਾ ਰਿਹਾ ਹੈ ਪੁਲਿਸ ਨੂੰ ਤੇ ਵੱਡੀ ਕਾਰਵਾਈ ਇੱਥੇ ਇਹ ਹੈਗੀ ਕਿ ਲੋਕ ਜੜੇ ਆ ਖੁਸ਼ ਨੇ ਲੋਕ ਖੁਸ਼ ਨੇ ਇਸ ਕਰਕੇ ਪੁਲਿਸ ਤੋਂ ਹੌਸਲਾ ਵਸਾਈ ਪੁਲਿਸ ਦੀ ਕਰ ਰਿਹਾ ਹੈ ਫੁੱਲ ਆਪਾ ਕੇ ਹਰ ਤਰੀਕੇ ਨਾਲ ਤਾੜੀਆਂ ਮਾਰ ਕੇ ਜਿਹੜੇ ਮਹੱਲੇ ਦੇ ਲੋਕ ਹੈਗੇ ਆ ਉਹਨਾਂ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਮੋਮੈਂਟਸ ਦੇ ਕੇ ਅ ਵੱਡਾ ਸਵਾਗਤ ਪੁਲਿਸ ਦਾ ਕੀਤਾ ਗਿਆ ਬਠਿੰਡਾ ਦੇ ਵਿੱਚ ਮਹੱਲੇ ਦੇ ਵਿੱਚ ਜਿਹੜੇ ਮਹੱਲੇ ਦੇ ਲੋਕ ਹੈਗੇ ਆ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਸ਼ਹਿਰਾਂ 'ਚ ਸਫਾਈ ਕਰਮਚਾਰੀਆਂ ਦਾ ਡਾਕਟਰਾਂ ਦਾ ਨਰਸਾਂ ਦਾ ਸਨਮਾਨ ਕੀਤਾ ਜਾ ਚੁੱਕਿਆ ਫਿਰ ਹੁਣ ਪੁਲਿਸ ਦਾ ਸਨਮਾਨ ਜਿਹੜਾ ਗਲੀ ਮੋਹੱਲਿਆਂ ਵਿੱਚ ਵੀ ਹੋਣ ਲੱਗ ਗਿਆ ਮੋਂਦੀਪ ਜੀ ਕਿੱਦਾਂ ਲੱਗ ਰਿਹਾ ਜੀ ਜਿਹੜਾ ਹੌਸਲਵਾਲਾਈ ਇਲਾਕੇ ਦੇ ਜਿੱਥੇ ਤੁਹਾਡੀ ਡਿਊਟੀ ਲੱਗੀ ਹੈ ਲੋਕੋ ਸਾਥ ਤੁਹਾਡੀ ਡਿਊਟੀ ਤੋਂ ਕੀ ਕਹਣਾ ਕਿਦਾਂ ਲੱਗਿਆ ਜੀ ਸਰ ਸਾਡੀਆਂ ਜਿਹੜੀਆਂ ਡਿਊਟੀਆਂ ਲੱਗੀਆਂ ਐ ਇਸ ਬਿਮਾਰੀ ਦੇ ਬੰਦੇ ਨਜਰ ਐਸਐਸਪੀ ਸਾਹਿਬ ਨੇ ਸਾਡੇ ਤੇ ਡਿਊਟੀਆਂ ਲਾਈਆਂ ਅਸੀਂ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾ ਰਹੇ ਹਾਂ ਇਹ ਮਹੱਲੇ ਦੇ ਲੋਕ ਵੀ ਸਾਡੇ ਤੋਂ ਬੜੇ ਖੁਸ਼ ਨੇ ਇਹ ਕਹ ਇਹ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਡਿਊਟੀ ਆਪਦੀ ਬੜੀ ਤਨਦੇਹੀ ਨਾਲ ਕਰ ਰਹੇ ਹੋ ਅਸੀਂ ਵੀ ਆਪਣੀ ਡਿਊਟੀ ਨੂੰ ਆਪਣੀ ਜਾਨ ਤੋਂ ਵੱਧ ਸਮਝ ਕੇ ਡਿਊਟੀ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੇ ਪਰਿਵਾਰ ਨਹੀਂ ਦੇਖ ਰਹੇ ਅਸੀਂ ਸਿਰਫ ਲੋਕਾਂ ਦੀ ਹਿਫਾਜ਼ਤ ਵਾਸਤੇ ਸੜਕਾਂ 'ਤੇ ਖੜੇ ਹਾਂ ਤੇ ਇਹਨਾਂ ਦੀ ਆਪਣਾ ਹੌਸਲਾ ਫੜਾਈ ਵਾਸਤੇ ਕੰਮ ਇਹ ਪੂਰੀ ਟੀਮ ਦਾ ਜਿਹੜਾ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਹੈ ਮੁਹੱਲੇ ਦੀ ਖਾਸ ਤੌਰ ਤੇ ਇੱਕ ਤਸਵੀਰ ਤੁਹਾਨੂੰ ਅਸੀਂ ਦਿਖਾਈ ਜਿਹੜੀ ਮੋਮੈਂਟਸ ਦਿੱਤੀ ਹੈ ਉਹਦੇ ਤੇ ਵੀ ਲਿਖਿਆ ਡਿਊਟੀ ਪ੍ਰੈਜੈਂਟੇਸ਼ਨ ਕੋਵਿਡ 19 ਸਟੇ ਹੋਮ ਸਟੇ ਸੇਫ ਇਹ ਪੁਲਿਸ ਦਾ ਇੱਕ ਮੈਸੇਜ ਹੈ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਇੱਕ ਵੱਡਾ ਚੰਗਾ ਉਪਰਾਲਾ ਮੁਹੱਲੇ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ ਬਾਕੀ ਛਲਾਗਾ ਜੋ ਕਦਮ ਹੈਗੇ ਇਲਾਕੇ ਦੇ ਲੋਕਾਂ ਦਾ ਕੀ ਕਹਿਣਾ ਜੀ ਜਿਹੜੀ ਪੁਲਿਸ ਦੀ ਇੱਥੇ ਡਿਊਟੀ ਲੱਗੀ ਹੋਈ ਸੀ ਇਸ ਇਲਾਕੇ ਦੇ ਵਿੱਚ ਹੁਣ ਮੁਹੱਲਿਆਂ ਸਮਾਨ ਹੋਣ ਲੱਗ ਗਿਆ ਕੀ ਕਹਿਣਾ ਤੁਹਾ ਨਕੋ ਜੀ ਮੇਰਾ ਤਾਂ ਇੱਕ ਸਾਰੇ ਨਗਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇੱਕੋ ਹੀ ਕਹਿਣਾ ਹੈਗਾ ਕਿ ਆਪਾਂ ਪੁਲਿਸ ਦਾ ਡਾਕਟਰਾਂ ਦਾ ਤੇ ਸਾਰਿਆਂ ਦਾ ਸਾਥ ਦੇਈਏ ਕਿਉਂਕਿ ਇਹ ਬਹੁਤ ਵੱਡੀ ਮਹਾਮਾਰੀ ਹੈ ਜੇਕਰ ਇਹਦੇ ਵਿੱਚ ਇਹ ਬਹੁਤ ਵੱਡਾ ਆਪਣੇ ਕੋਲੇ ਮੌਕਾ ਹੈਗਾ ਕਿ ਆਪਾਂ ਘਰੇ ਰਹਿ ਕੇ ਸਾਰੇ ਪੁਲਿਸ ਦਾ ਡਾਕਟਰਾਂ ਦਾ ਸਾਥ ਦੇ ਸਕਦੇ ਹਾਂ ਤੇ ਇਸ ਨੂੰ ਆਪਾਂ ਮਹਾਮਾਰੀ ਨੂੰ ਦੂਰ ਭਜਾਉਣ ਵਿੱਚ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਤੁਸੀਂ ਮਹੱਲੇ ਵਾਲਿਆਂ ਨੇ ਵਿਚਾਰ ਕੀਤਾ ਵੀ ਸਭ ਸਮਾਨ ਦੇਣਾ ਫੁੱਲ ਫੁੱਲ ਹਾਂਜੀ ਬਿਲਕੁਲ ਇੱਕ ਸ ਮੈਂ ਵੀ ਸੋਸਾਇਟੀ ਦਾ ਇੱਕ ਮੈਂਬਰ ਹਾਂ ਸਾਡੀ ਮਾਨਵ ਸੇਵਾ ਵੈਲਫੇਅਰ ਸੋਸਾਇਟੀ ਹੈਗੀ ਹੈ ਅਸੀਂ ਡੇਲੀ ਬੇਸਿਸ ਤੇ ਲੰਗਰ ਵੀ ਲਾ ਰੱਖਿਆ ਤੇ ਨਾਲ ਇਹ ਤੇ ਬਾਕੀ ਸਾਡੇ ਮਹੱਲਾ ਵੀ ਸਾਡਾ ਬਹੁਤ ਹੈਲਪ ਕਰ ਰਿਹਾ ਹੈਗਾ ਇਸ ਚੀਜ਼ ਦੇ ਵਿੱਚ ਸੋ ਅਸੀਂ ਇਹਨਾਂ ਦੇ ਨਾਲ ਲੋਕ ਹੁਣ ਸਮਝਣ ਲੱਗ ਗਏ ਕਿ ਸਾਡੇ ਹੱਕ ਦੇ ਵਿੱਚ ਸਾਡੀ ਸਿਹਤ ਵਾਲੀ ਲਾਇਆ ਗਿਆ ਬਿਲਕੁਲ ਜੀ ਲੋਕ ਸਾਡੀ ਸਹਾਇਤਾ ਵੀ ਕਰ ਰਹੇ ਹੈਗੇ ਇਸ ਚੀਜ਼ ਦੇ ਵਿੱਚ ਸਮਝਣ ਦੇ ਵਿੱਚ ਬਾਕੀ ਇਹ ਹੈ ਕਿ ਜੋ ਨਹੀਂ ਸਮਝ ਰਹੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਦਾ ਸਾਥ ਦਿਓ ਤਾਂ ਕਿ ਘਰੇ ਰਹਿ ਕੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ ਤੇ ਦੇਸ਼ ਨੂੰ ਬਚਾਓ ਜੀ ਜੀ ਬਿਲਕੁਲ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਵੀ ਸਾਡੇ ਡਿਊਟੀ ਵਿੱਚ ਕਰਮਚਾਰੀ ਲੱਗੇ ਹੋ ਚਾਹੇ ਉਹ ਡਾਕਟਰ ਹੈਗੇ ਚਾਹੇ ਨਰਸ ਹੈ ਚਾਹੇ ਪੁਲਿਸ ਕਰਮਚਾਰੀ ਜਿਹੜੀ ਹੈ ਉਹ ਹਦਾਇਤ ਦਾ ਪਾਲਣ ਕਰਨਾ ਚਾਹੀਦਾ ਜੋ ਸਰਕਾਰ ਹਦਾਇਤਾ ਕਰ ਰਹੀ ਹੈ ਤਾਂ ਮਹੱਲਿਆਂ ਦੇ ਵਿੱਚ ਜਿਹੜਾ ਇਲਾਕੇ ਦੇ ਲੋਕਾਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਸਫਾਈ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਬਠਿੰਡਾ ਦੇ ਅਰਜੁਨਗਰ ਦੇ ਵਿੱਚ ਜਿਹੜੀ ਸੁਸਾਇਟੀ ਹੈਗੀ ਆ ਉਹਨਾਂ ਵੱਲੋਂ ਖਾਸ ਤੌਰ ਤੇ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਸ ਪੁਲਿਸ ਪਾਰਟੀ ਦਾ ਸਨਮਾਨ ਕਰਕੇ ਹੌਸਲਾ ਵਧਾਈ ਕੀਤੀ ਹੈ ਕਿ ਇਹ ਪੁਲਿਸ ਜਿਹੜੀ ਸਾਡੇ ਸਿਹਤ ਵਾਸਤੇ ਲਾਈ ਗਈ ਹੈ ਸਾਨੂੰ ਘਰਾਂ ਦੇ ਵਿੱਚ ਰੱਖਣ ਵਾਸਤੇ ਲਾਈ ਗਈ ਹੈ ਤਾਂ ਇਸ ਕਰਕੇ ਲੋਕ ਵੀ ਖੁਸ਼ ਹੈ ਤੇ ਇਸ ਕਰਕੇ ਪੁਲਿਸ ਦੀ ਹੌਸਲਾ ਵਧਾਈ ਕਰ ਰਹੇ ਨੇ ਕੈਮਰਾਮੈਨ ਗੁਰਵੰਦਰ ਦੇ ਨਾਲ ਅਮੇਸ਼ ਸ਼ਰਮਾ ਡੇਲੀ ਪੋਸਟ ਪੰਜਾਬੀ ਮਠੰਡਾ